बटाला दे विच 14 साल दी लड़की दे नाल बलात्कार दा मामला सामने आया। लड़की की सेहत बहुत ज्यादा खराब हो चुकी है, जिस करके उसका इलाज सिविल अस्पताल दे विच जारी है। पीड़ित दी रिश्तेदार दा कहना है कि साडी कुड़ी नाल बलात्कार कीता गया ते सानू इंसाफ चाहिदा है। साडे महल्ले विच इह मैं बैठी हुई है अपने घर, इह वड्डी बेटी मेरे कोल आई है कि आंटी मेरी बेड़ी भैन जिहड़ी उह बेहोश होई आ, ते बेहोश हो के ते मतलब हस्पताल लै के जाना मेरे नाल चल। मैं क्या भी की गल हुई है, गर्म एक कोई 8:30 की गल आ मेरे को आई आ, ते मैं क्या वा ते बंद किया ही उहदा मूँह मां सारा बिल्कुल बद्दा हैगा, ते मैं उहदे मंजे थल्लों कढ़िया वा ते सारा महला साडे नाल वा, ते उह बेहोश पई, उहनूं होश नहीं आउंदी, ते मैं क्या भी साडे महल्ले नर्स वा, नर्स नूं मैं बुलाओ उहदा बीपी चैक कराओ की गल की चक्कर होया। कहिंदी भी उहनां ने मुंडिआं ने मतलब कुड़ी अंदर खड़ी आ, ते हुण मैं 8:30 उहनां दा दरवाजा खड़का के ते बाहर कढ़ी आ, ते मेरे नाल चलो ते मैं हस्पताल दाखिल करवाउणी आ कुड़ी, ते बिल्कुल ही बेहोश आ। मैं जदों गई ते उत्थे पब्लिक बड़ी इकट्ठी होई हैगी, मैं पब्लिक नूं पुछिआ भी किद्दां करनी आ दसो हुण कुड़ी ते बेहोश वा आ गल आ। कहिंदे भी आपां तेरे नाल वां, तूं साडे नाल चल भी नाल लै जा कुड़ी, कुड़ी नूं जा के पहलां बचा कराओ। ਨਾਲ ਮੈਂ ਮਹੱਲੇ ਦੇ ਮੁੰਡੇ ਲਏ ਆ, ਮੁੰਡੇ ਨੇ ਲਿਆ ਕੇ ਕੰਪਲੇਨ ਕਰਵਾਈ ਆ, ਕੰਪਲੇਨ ਕਰਵਾ ਕੇ ਅਸੀਂ ਇੱਥੇ ਸਿਵਲ ਹਸਪਤਾਲ ਲੈ ਕੇ ਆਏ ਹਾਂ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਦੂਜੇ ਘਰ ਰਿਸ਼ਤੇਦਾਰ ਆਏ ਸਨ ਅਤੇ ਉਹ ਉਹਨਾਂ ਕੋਲ ਗਏ ਹੋਏ ਸਨ। ਜਦੋਂ ਉਹਨਾਂ ਨੇ ਘਰ ਆ ਕੇ ਦੇਖਿਆ ਤਾਂ ਲੜਕੀ ਬੇਹੋਸ਼ ਪਈ ਹੋਈ ਸੀ। ਉਹਨਾਂ ਨੇ ਫਿਲਹਾਲ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਿਸੇ ਦੇ ਘਰ ਗਈ ਸੀ ਕੋਈ ਕੰਮ ਹੀ ਜ਼ਰੂਰੀ, ਅਤੇ ਮੇਰੀ ਭੈਣ ਸਿਸਟਰ ਨੂੰ ਮੈਂ ਘਰ ਛੱਡ ਕੇ ਗਈ ਸੀ। ਜਦੋਂ ਮੈਂ ਵਾਪਸ ਆਈ, ਸਿਸਟਰ ਮੇਰੀ 14 ਸਾਲਾਂ ਦੀ ਨਾਬਾਲਗ, ਜਦੋਂ ਮੈਂ ਘਰ ਵਾਪਸ ਆਈ ਤੇ ਰੂਮ ਦਾ ਡੋਰ ਓਪਨ ਸੀ, ਉਹ ਫੈਨ ਵੀ ਓਪਨ ਔਨ ਸੀ ਅਤੇ ਟੀ ਵੀ ਵੀ ਔਨ ਸੀ, ਅਤੇ ਮੈਨੂੰ ਲੱਗਾ ਕਿ ਕਿਤੇ ਦੁਕਾਨ 'ਤੇ ਕਿਤੇ ਲਾਗੇ ਗਈ ਹੋਣੀ ਆ, ਅਤੇ ਕੋਈ ਗੱਲ ਨਹੀਂ ਹੁਣੇ ਆ ਜਾਏਗੀ, ਕੋਈ ਗੱਲ ਨਹੀਂ, ਅਤੇ 2:30 ਦਾ ਟਾਈਮ ਸੀ, ਅਤੇ ਮੈਂ ਚੱਲ ਮੈਂ ਬਾਹਰ ਬਹਿ ਗਈ, ਮੈਂ ਚੱਲ ਕੋਈ ਨਹੀਂ ਉਹ ਆ ਜਾਏਗੀ, ਕੋਈ ਗੱਲ ਨਹੀਂ, ਅੱਗੇ ਵੀ ਚਲੋ ਦੁਕਾਨ 'ਚ ਜਾਂਦੀ ਆ, ਮੈਂ ਛੇਤੀ ਆ ਜਾਂਦੀ, ਕੋਈ ਨਹੀਂ ਆ ਜਾਏਗੀ। ਕਿੰਨਾ ਚਿਰ ਮੈਂ ਫਿਰ ਜਦੋਂ ਕਾਫੀ ਟਾਈਮ ਹੋ ਗਿਆ, ਫਿਰ ਮੈਂ ਵੇਖਣ ਲੱਗ ਪਈ ਗਲੀ 'ਚ ਕਿੱਥੇ ਗਈ ਕਿੱਥੇ ਨਹੀਂ, ਅਤੇ ਫਿਰ ਮੈਂ ਰਹਿੰਦੇ ਨੇ ਉਹਨਾਂ 'ਤੇ ਮੈਨੂੰ ਬੜਾ ਸ਼ੱਕ ਜਿਹਾ ਹੋਇਆ, ਉਹ ਮੁੰਡਾ ਅੱਜ ਤੱਕ ਮੈਨੂੰ ਉਹਨੇ ਕਦੀ ਵੇਖਿਆ ਨਹੀਂ ਹੈਗਾ। ਅੱਜ ਜਿੰਨੇ ਮੇਰੇ ਉਹਨਾਂ ਘਰ ਮੁੰਡੇ, ਅੱਜ ਬਹੁਤ ਜ਼ਿਆਦਾ ਉਹਨਾਂ ਘਰ ਮੁੰਡੇ ਆਏ, ਉਹਨਾਂ 'ਤੇ ਮੈਨੂੰ ਸ਼ੱਕ ਹੁੰਦਿਆ, ਕਿਉਂਕਿ ਜਦੋਂ ਮੈਂ ਬਾਹਰ ਬੈਠੀ ਮੇਰੇ ਵੱਲ ਵੇਖ ਕੇ ਹੱਸਦੇ ਸੀ, ਮੇਰੇ ਵੱਲ ਵਹਿੰਦੇ ਸੀ, ਅਤੇ ਮੈਨੂੰ ਉਹਨਾਂ 'ਤੇ ਸ਼ੱਕ ਹੁੰਦਿਆ। ਫਿਰ ਮੇਰੇ ਘਰ ਗੈਸਟ ਆਏ, ਮੇਰੀ ਮਾਸੀ ਜੀ, ਮਾਸਰ ਜੀ, ਮੈਂ ਉਹਨਾਂ ਨਾਲ ਗੱਲ ਸ਼ੇਅਰ ਕੀਤੀ, ਫਿਰ ਮੈਂ ਉਹਨਾਂ ਘਰ ਮੁੰਡਾ ਘਰ ਨੂੰ ਲੋਕ ਕਰਕੇ ਚਲ ਗਿਆ। ਅਸੀਂ ਵੇਟ ਕਰਨ ਲੱਗੇ ਕਿਦੋਂ ਘਰ ਆਵੇ ਅਤੇ ਕਿਦੋਂ ਅਸੀਂ ਉਹਦਾ ਘਰ ਜਾ ਕੇ ਦੇਖੀਏ, ਅਤੇ ਫਿਰ ਉਹ ਆਇਆ ਅਤੇ ਫਿਰ ਉਹਦੇ ਘਰ ਗਏ ਉਸ ਮੁੰਡੇ ਉਹ ਆਇਆ ਕਰੀਬਨ ਅੱਠ ਦਾ ਟਾਈਮ ਸੀ ਜਦੋਂ ਆਇਆ, ਅਤੇ ਉਹਨੇ ਕਿਸੇ ਦੇ ਹੱਥ ਨਾ ਘੱਲਿਆ ਕਿ ਤਾਂ ਉੱਥੇ ਮੇਰੀ ਭੈਣ ਤੋਂ ਸਲੀਪਰਸ ਤੋਂ ਮੈਂ ਪਛਾਣਿਆ ਬੇਹੋਸ਼ ਪਈ ਸੀ, ਅਤੇ ਜਦੋਂ ਉਹਨੂੰ ਕੱਟਿਆ ਬੜੀ ਮਾੜੀ ਹਾਲਤ 'ਚ। ਹਾਂਜੀ ਬੈਡ ਦੇ ਨੀਚੇ ਬੇਹੋਸ਼ ਕੀਤੀ ਸੀ, ਮੈਂ ਉਹਦੇ ਸਲੀਪਰਸ ਤੋਂ ਪਛਾਣਿਆ ਸੀ, ਉਹਨੂੰ ਸਾਰੇ ਕੱਪੜੇ ਨਾਲ ਕਵਰ ਕੀਤਾ ਹੋਇਆ ਸੀ। ਉਹਨਾਂ ਨੇ ਕਿਹਾ ਵਾ ਕਿ ਮੈਂ ਉਹਨਾਂ ਨੇ ਮੇਰੇ ਕੋਲ ਨਾ ਪਾਣੀ ਮੰਗਿਆ ਸੀ, ਠੰਡਾ ਵਾਟਰ, ਕਿ ਪਾਣੀ ਦੇ ਦਿਓ, ਫਿਰ ਉਹ ਨਾ ਪਾਣੀ ਦੇਣ ਗਈ, ਫਿਰ ਉਸ ਤੋਂ ਪਾਣੀ ਦੇਣ ਤੋਂ ਬਾਅਦ ਜਦੋਂ ਵਾਪਸ ਆਉਣ ਲੱਗੀ ਤਾਂ ਉਹਨੂੰ ਨਾ ਉਹ ਡਰਿੰਕ ਉਹ ਦਿੱਤੀ, ਕੋਲਡ ਡਰਿੰਕ ਦਿੱਤੀ ਕਿ ਚੱਲ ਤੂੰ ਪੀ ਲਾ ਬੇਟਾ, ਤਾਂ ਉਹਨੇ ਪੀ ਲਈ। ਉਸ ਤੋਂ ਬਾਅਦ ਉਹ ਫਿਰ ਘਰ ਉਹ ਕਹਿੰਦੀ ਕਿ ਤੂੰ ਪਾਣੀ ਮਤਲਬ ਬੋਤਲ ਲੈ ਜਾਈ, ਅਤੇ ਫਿਰ ਬੋਤਲ ਵਾਲਾ ਡਰਿੰਕ ਪੀ ਲਾ, ਅਤੇ ਬੋਤਲ ਲੈਣ ਫਿਰ ਆ ਜਾਈ, ਤਾਂ ਉਹ ਜਦੋਂ ਉਹਨਾਂ ਨੇ ਆਪਣੀ ਕੋਲਡ ਡਰਿੰਕ ਪੀਤੀ, ਕੋਲਡ ਡਰਿੰਕ ਪੀ ਕੇ ਫਿਰ ਦੁਬਾਰਾ ਬੋਤਲ ਲੈਣ ਗਈ ਘਰ, ਤਾਂ ਉਸ ਟਾਈਮ ਉਹਨਾਂ ਨੇ ਫਿਰ ਪਤਾ ਨਹੀਂ ਬਾਅਦ 'ਚ ਕਹਿੰਦੀ ਮੈਨੂੰ ਬੇਹੋਸ਼ ਹੋ ਗਈ, ਮੈਨੂੰ ਨਹੀਂ ਪਤਾ। ਸਾਡੇ ਨਾਲ ਨਿਆਂ ਹੋਏ ਤਾਂ ਉਹਨਾਂ ਘਰ ਜਿੰਨੇ ਵੀ ਮੁੰਡੇ, ਅਤੇ ਉਹਨਾਂ ਨਾਲ ਸਖ਼ਤ ਕਾਰਵਾਈ ਕੀਤੀ ਜਾਵੇ, ਉਹਨਾਂ ਨਾਲ ਇੱਦਾਂ ਦਾ ਸਲੂਕ ਕਰੋ ਕਿ ਅੱਜ ਤੱਕ ਕਿਸੇ ਵੀ ਧੀ ਭੈਣ ਵਾਲੀ ਦਾ ਸੋਚ ਨਾ ਸਕਣ, ਉਹਨਾਂ ਦੀ ਰੂਹ ਕੰਮੇ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੀੜਤ ਅਤੇ ਪੀੜਤਾ ਦੇ ਪਰਿਵਾਰ ਦੇ ਬਿਆਨਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਜਾਵੇਗਾ, ਅਤੇ ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਲੜਕੀ ਦੇ ਨਾਲ ਰੇਪ ਹੋਇਆ, ਉਹਦੇ ਸੰਬੰਧ ਵਿੱਚ ਅਸੀਂ ਇੱਥੇ ਆਏ ਸਿਵਲ ਹੋਸਪਿਟਲ ਦੇ ਵਿੱਚ, ਅਤੇ ਸਬ ਇੰਸਪੈਕਟਰ ਜਿਹੜੇ ਸਾਡੇ ਮੈਡਮ ਪ੍ਰੀਤੀ ਆ, ਉਹਦੇ ਉਹਨਾਂ ਦਾ ਬਿਆਨ ਲਿਖ ਰਹੇ ਆ, ਅਤੇ ਉਹਦੇ ਮੁਤਾਬਕ ਜਿਹੜੀ ਵੀ ਬਣਦੀ ਕਾਰਵਾਈ ਹੈ ਉਹ 'ਚ ਮੁਕਦਮਾ ਦਰਜ ਕਰਕੇ ਅਤੇ ਉਹਨਾਂ ਨੂੰ ਅਰੈਸਟ ਕਰਕੇ ਦੇ ਅੰਦਰ ਭੇਜਾਂਗੇ। ਸਰ ਕਿੰਨੀ ਉਮਰ ਸੀ ਲੜਕੀ ਦੀ? ਤਕਰੀਬਨ 14-15 ਸਾਲ ਦੀ ਸੀ। ਜਿਹੜੀ ਕਿੰਨੇ ਦੋਸ਼ੀ ਸੀ? ਦੋਸ਼ੀਆਂ ਨੂੰ ਤਾਂ ਅਜੇ ਉਹਨੇ ਡਿਸਕਲੋਜ ਨਹੀਂ ਕੀਤਾ, ਇੱਕ ਲੜਕੇ ਵੱਲੋਂ ਇਹਨਾਂ ਨੇ ਮੇਨ ਦੱਸਿਆ,
ਬਾਕੀ ਨਹੀਂ ਕੋਈ ਰਿਸਪੋਂਸ ਕੀਤੀ। ਪਰਚਾ ਦਰਜ ਕਰ ਰਹੇ ਹਾਂ ਅਸੀਂ, ਪਰਚਾ ਦਰਜ ਕਰਕੇ ਅਤੇ ਉਹਨੂੰ ਹਾਂ ਉਹ ਤੋਂ ਬਾਅਦ ਤੁਰੰਤ ਅਸੀਂ ਇਹਨਾਂ ਦੇ ਛਾਪੇਮਾਰੀ ਕਰਕੇ ਗ੍ਰਿਫਤਾਰੀ ਕਰਾਂਗੇ। ਫਿਲਹਾਲ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਕਿਵੇਂ ਤਫਤੀਸ਼ ਕਰਦੀ ਹੋਈ ਨਜ਼ਰ ਆਵੇਗੀ ਅਤੇ ਮੁਲਜ਼ਮਾਂ ਨੂੰ ਕਦੋਂ ਗ੍ਰਿਫਤਾਰ ਕਰੇਗੀ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਵਰਲਡ ਪੰਜਾਬੀ ਟੀਵੀ।